ਉਹਨੂੰ ਦਿਖਾਉਣਾ ਵੀ ਕੀ ਪਾਉਂਦੇ ਆ ਕੋਰੀਆ ਵਾਲੇ, ਪਰਾਲੀ ਪਾਉਂਦੇ ਆ ਗਾਵਾਂ ਨੂੰ, ਠੀਕ ਹੈ, ਤੇ ਕਈ ਵਾਰੀ ਖਾ ਖਾ ਕੇ ਜਿਹੜਾ ਪਰਾਲੀ ਪੇਟ ਹੋ ਜਾਂਦਾ ਖਰਾਬ। ਜੇ ਆਪਣੇ ਕਾਲਾ ਲੂਣ ਪਾਉਂਦੇ, ਇੱਥੇ ਵਿਟਾਮਿਨ ਪਾਉਂਦੇ ਆ, ਠੀਕ ਆ। ਜੇਕਰ ਗਾਵਾਂ ਖਾਂਦੀਆਂ ਇਹਨਾਂ ਦੇ ਥਰੂ ਹੈ, ਤੇ ਜੇਕਰ ਕਿਸੇ ਨੂੰ ਇੰਜੈਕਸ਼ਨ ਲਾਉਣਾ, ਮਨ ਲੱਗ ਕੇ ਗਾਂ ਬਿਮਾਰ ਹੈ, ਤਾਂ ਮਾੜਾ ਦੱਸੀ ਬਾਈ ਕਿਵੇਂ ਆਹ ਜਿਹੜਾ ਹੈਗਾ ਗਾਂ ਆਜੂਗਾ, ਗਾਂ ਦਾ ਗਾਲਾ ਆ ਗਿਆ ਮੰਨ ਲਾ ਅੱਗੇ ਆ ਗਿਆ, ਤੇ ਉੱਤੋਂ ਜਿਹੜਾ ਐਂ ਲੌਕ ਹੋ ਜਾਣਾ, ਤੇ ਇੱਥੇ ਐਂ ਗਾਂ ਦੇ ਜਿਹੜਾ ਹੈਗਾ ਇੰਜੈਕਸ਼ਨ ਲੱਗ ਗਿਆ। ਜਿਵੇਂ ਹੁਣ ਇਹਨੇ ਆਪਦਾ ਮੂੰਹ ਜਾ ਕੱਢਿਆ ਪਿਆ, ਉੱਤੋਂ ਲੌਕ ਲੱਗ ਜਾਣਾ, ਤੇ ਇੱਥੇ ਦੱਬੀ ਤੁਰੇ ਆਉਣਾ। ਸੋ ਇਹ ਆ ਬਾਈ, ਇੱਕ ਗੱਲ ਇਹ ਆ ਵੀ ਜਦੋਂ ਗਾਂ ਸੂ ਪੈਂਦੀ ਹੈ, ਇੱਕ ਘੰਟਾ ਵੀ ਕੱਟਰੂ ਕੋਲ ਨਹੀਂ ਛੱਡਦੇ, ਨਾਲ ਨਾਲ ਚੱਕ ਕੇ ਲੈ ਜਾਂਦੇ ਆ। ਕੱਟਰੂ ਅੱਡ ਜਗ੍ਹਾ, ਗਾਂ ਅੱਡ ਜਗ੍ਹਾ, ਗਾਵਾਂ ਦੁੱਧ ਨਹੀਂ ਪਿਆਉਂਦੀਆਂ। ਇੱਥੇ ਆਪਾਂ ਗੱਲ ਕਰੀਏ ਆਪਦੇ ਕੱਟਰੂਆਂ ਜਿਹੜੇ ਹੈਗੇ ਬੱਚਿਆਂ ਨੂੰ ਜਾਂ ਬੱਚੀਆਂ ਨੂੰ, ਠੀਕ ਆ, ਤੇ ਇਹ ਗਾਂ ਲਗਭਗ 60 ਕਿਲੋ ਦੁੱਧ ਦਿੰਦੀ ਹੈ, 30 ਕਿਲੋ ਇੱਕ ਡੰਗ ਦਾ, ਕਿਉਂਕਿ ਥਣਾਂ ਨੂੰ ਮੂੰਹ ਤਾਣੀ ਲੈਂਦੇ, ਕਿਉਂਕਿ ਇਹਨਾਂ ਨੂੰ ਲੱਗਦਾ ਵੀ ਇਨਫੈਕਸ਼ਨ ਨਾ ਹੋ ਜੇ। ਸੋ ਬਾਈ ਇਹ ਫਾਰਮਿੰਗ ਦਾ ਤਰੀਕਾ, ਠੀਕ ਆ। ਬਾਕੀ ਉਧਰਲੇ ਪਾਸੇ ਸਾਰੀ ਆਹ ਕਾਲੀ ਮਸ਼ੀਨ ਆ ਜਿਹੜੀ ਘਾਹ ਪਾਉਂਦੀ ਆ ਸਾਰਿਆਂ ਨੂੰ, ਤੇ ਉਧਰਲੇ ਪਾਸੇ ਜਿਹੜੇ ਹੈਗਾ ਛੋਟੇ ਬੱਚੇ ਰੱਖੇ ਆ। ਸੋ ਬੜਾ ਤਰੀਕੇ ਨਾਲ ਜਿਹੜੀ ਫਾਰਮਿੰਗ ਹੁੰਦੀ ਆ ਸਾਰੀ ਸਾਰੀ, ਇੱਕੋ ਵਾਰੀ 40 ਤੋਂ 45 ਕਿਲੋ ਜਿਹੜਾ ਹੈਗਾ ਇੱਕ ਦਿਨ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਤੂੜੀ ਜਾਂ ਪਗਲ ਕਰੇ ਘਾਹ ਪਾਉਂਦੇ ਆ ਇਹ।